हेलो डियर स्टूडेंट्स, आज आप स्टार्ट करेंगे न्यू टॉपिक इंडेक्स नंबर। इस दे अंडर आप पढ़ेंगे आज इज द मीनिंग फीचर्स एंड टाइप्स ऑफ इंडेक्स नंबर एंड मेथड्स ऑफ कंस्ट्रक्टिंग इंडेक्स नंबर। तो उन्होंने आप संखेप विच डिस्कस करेंगे। डेफिनेशन ऑफ इंडेक्स नंबर। एन इंडेक्स नंबर इज अ स्पेशल टाइप ऑफ एवरेज दैट प्रोवाइड्स a measurement of relative changes from time to time or place to place. It is a clear that index number measure the changes in a variable or group of related variables on the basis of time, place or any other special feature. So dear student, इसका भाव की है, इसका मतलब है भी इंडेक्स नंबर भी एक स्पेशल टाइप ऑफ एवरेज है। जिस तरह से मीन, मीडियन जब मोड एवरेज कढ़ते सी, उसी तरह ही ये भी एक एवरेज है। यह एक स्पेशल टाइप की एवरेज है जो सानू की दसदी है, चेंजिज बारे दसदी है, प्राइसिस दे विच चेंजिज, क्वांटिटी दे विच चेंजिज, जां कॉस्ट ऑफ लिविंग दे विच की चेंजिज आईयां, समय दे अनुसार जां किसी जगह दे अनुसार किन्नियां कि तब्दीलियां आईयां, इहदे बारे सानू यह दसदी है। सो असीं सपोज कर लैंदे आ, एग्जाम्पल लैके इस नूं असीं दसदे आ, ਜਿਵੇਂ ਅਸੀਂ ਕੋਈ ਚੇਂਜਿਸ ਦੇਖਣੀ ਹੈ ਵੀ 1995 ਦੇ ਵਿੱਚ ਕੀਮਤਾਂ ਕਿੰਨੀਆਂ ਸੀ ਅਤੇ ਹੁਣ ਜਿਹੜੇ 2020 ਦੇ ਵਿੱਚ ਕੀਮਤਾਂ ਕਿੰਨੀਆਂ ਨੇ, ਜੇ ਇਹਨਾਂ ਦਾ ਕੰਪੈਰੀਜ਼ਨ ਕਰਨਾ ਅਸੀਂ ਤਾਂ ਜੋ ਅਸੀਂ ਪੁਰਾਣਾ ਸਾਲ ਦੇ ਨਾਲ ਕੰਪੈਰੀਜ਼ਨ ਕਰਨਾ ਉਹ ਅਸੀਂ ਬੇਸ ਈਅਰ ਕਹਾਂਗੇ, ਜੋ ਅਸੀਂ ਨਵਾਂ ਸਾਲ ਲੈਂਦੇ ਹਾਂ ਉਹ ਅਸੀਂ ਕਰੰਟ ਈਅਰ ਕਹਿੰਦੇ ਹਾਂ। ਇਹਦੇ ਨਾਲ ਅਸੀਂ ਵੀ ਸਾਡੀਆਂ ਪ੍ਰਾਈਸਿਸ ਦੇ ਵਿੱਚ ਕਿੰਨੀ ਤਬਦੀਲੀ ਹੋਈ ਹੈ 1995 ਦੇ ਨਾਲ ਹੁਣ ਕਿੰਨੀ ਤਬਦੀਲੀ ਹੋਈ। ਫੀਚਰਸ ਆਫ ਇੰਡੈਕਸ ਨੰਬਰਸ। ਫਸਟ, Index numbers are special type of average. Like mean, median, mode, index numbers are average, but these are special type of average. These can be used when units are different. In these situations, mean, median and mode cannot be used. ਇਹਦਾ ਮਤਲਬ ਕੀ ਹੈ ਵੀ ਇੰਡੈਕਸ ਨੰਬਰ ਵੀ ਇੱਕ ਸਪੈਸ਼ਲ ਟਾਈਪ ਦੀ ਐਵਰੇਜ ਹੈ। ਜਿਸ ਤਰ੍ਹਾਂ ਮੀਨ, ਮੀਡੀਅਨ, ਮੋਡ ਵੀ ਐਵਰੇਜ ਨੇ, ਉਸੇ ਤਰ੍ਹਾਂ ਹੀ ਇੰਡੈਕਸ ਨੰਬਰ ਵੀ ਇੱਕ ਐਵਰੇਜ ਹੈ। ਇਹ ਕਿੱਥੇ ਯੂਜ਼ ਹੁੰਦਾ? ਜਿੱਥੇ ਅਸੀਂ ਡਿਫਰੈਂਟ ਯੂਨਿਟਸ ਲੈ ਕੇ ਕੋਈ ਚੇਂਜਿਸ ਦੇਖਣੀਆਂ ਹੋਣ, ਕੋਈ ਐਵਰੇਜ ਕੱਢਣੀ ਹੋਵੇ, ਜਦੋਂ ਮੀਨ, ਮੀਡੀਅਨ, ਮੋਡ ਅਸੀਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਯੂਨਿਟਸ ਸੇਮ ਹੋਵੇ, ਬਟ ਇੰਡੈਕਸ ਨੰਬਰ ਅਸੀਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਯੂਨਿਟਸ ਡਿਫਰੈਂਟ ਹੋਵੇ। ਸੈਕਿੰਡ, ਚੇਂਜ ਕੈਨ ਬੀ ਮੈਜਰਡ ਵਿਦ ਇੰਡੈਕਸ ਨੰਬਰ। ਦ ਏਮ ਆਫ ਇੰਡੈਕਸ ਨੰਬਰ ਇਜ਼ ਟੂ ਮਈਜਰ ਦ ਚੇਂਜ। ਇਹਦਾ ਏਮ ਕੀ ਹੈ, ਇੰਡੈਕਸ ਨੰਬਰ ਦਾ ਏਮ ਕੀ ਹੈ, ਚੇਂਜ ਨੂੰ ਦੇਖਣਾ। ਜੋ ਚੇਂਜ ਸਮੇਂ ਦੇ ਅਨੁਸਾਰ ਜਾਂ ਜਗ੍ਹਾ ਦੇ ਅਨੁਸਾਰ ਦੇਖਦੇ ਹਾਂ ਉਹ ਅਸੀਂ ਇੰਡੈਕਸ ਨੰਬਰ ਦੇ ਥਰੂ ਹੀ ਦੇਖਦੇ ਹਾਂ। ਨੰਬਰ ਥਰਡ, ਚੇਂਜ ਇਜ਼ ਪੋਸੀਬਲ ਇਨ ਵਨ ਵੇਰੀਏਬਲ ਔਰ ਗਰੁੱਪ ਆਫ ਰਿਲੇਟਡ ਵੇਰੀਏਬਲਸ। ਦ ਚੇਂਜ ਵਿਚ ਇਜ਼ ਟੂ ਬੀ ਮਈਜਰਡ ਕੈਨ ਬੀ related with one variable or group of related variables. For example, one variable can be price of sugar and group of related variables can be price of sugar, price of milk and price of cloth. ਇਹਦਾ ਮਤਲਬ ਕੀ ਹੈ ਵੀ ਚੇਂਜ ਅਸੀਂ ਦੇਖਦੇ ਹਾਂ ਇੱਕ ਵੇਰੀਏਬਲ ਦੇ ਵਿੱਚ ਜਾਂ ਗਰੁੱਪ ਆਫ ਰਿਲੇਟਡ ਵੇਰੀਏਬਲਸ। ਇੱਕ ਵੇਰੀਏਬਲ ਕਿਵੇਂ, ਸਪੋਜ਼ ਕਰ ਲਿਆ ਸੀ ਵੀ ਚੇਂਜ ਦੇਖਣੀ ਆ ਸਮੇਂ ਦੇ ਅਨੁਸਾਰ ਕੀ ਤਬਦੀਲੀ ਆਈ ਪ੍ਰਾਈਸ ਆਫ ਸ਼ੂਗਰ ਦੇ ਵਿੱਚ, ਵੀ ਚੀਨੀ ਦੀਆਂ ਕੀਮਤਾਂ ਦੇ ਵਿੱਚ ਕਿੰਨੀ ਤਬਦੀਲੀ ਆਈ। ਇਹ ਤਾਂ ਵਨ ਵੇਰੀਏਬਲ ਹੋ ਗਿਆ। ਜੇ ਗਰੁੱਪ ਆਫ ਰਿਲੇਟਡ ਵੇਰੀਏਬਲ ਦੇਖ ਰਹੇ ਹੋਣ ਵੀ ਸ਼ੂਗਰ ਦੇ ਵਿੱਚ ਕਿੰਨੀ ਤਬਦੀਲੀ ਆਈ ਪ੍ਰਾਈਸ ਦੇ ਵਿੱਚ, ਜਾਂ ਪ੍ਰਾਈਸ ਆਫ ਮਿਲਕ ਦੇ ਵਿੱਚ ਕਿੰਨੀ ਤਬਦੀਲੀ ਆਈ ਐਂਡ ਪ੍ਰਾਈਸ ਆਫ ਕਲੋਥ। ਇਹਨਾਂ ਦੇ ਯੂਨਿਟ ਵੀ ਸਭ ਦੇ ਡਿਫਰੈਂਟ ਹੈ। ਸ਼ੂਗਰ ਨੂੰ ਅਸੀਂ ਮੇਜ਼ਰ ਕਰਦੇ ਹਾਂ ਕਿਲੋਗ੍ਰਾਮ ਦੇ ਵਿੱਚ, ਮਿਲਕ ਨੂੰ ਅਸੀਂ ਮੇਜ਼ਰ ਕਰਦੇ ਹਾਂ ਲੀਟਰ ਦੇ ਵਿੱਚ, ਅਤੇ ਕਲੋਥ ਨੂੰ ਮੀਟਰਸ ਦੇ ਵਿੱਚ। ਇਸ ਤਰ੍ਹਾਂ ਸਾਰਿਆਂ ਦੇ ਯੂਨਿਟਸ ਕੀ ਨੇ, ਡਿਫਰੈਂਟ ਨੇ। ਜਿੱਥੇ ਯੂਨਿਟਸ ਡਿਫਰੈਂਟ ਨੇ ਉੱਥੇ ਅਸੀਂ ਇੰਡੈਕਸ ਨੰਬਰ ਯੂਜ਼ ਕਰਦੇ ਹਾਂ। ਨੰਬਰ ਫੋਰ, ਚੇਂਜ ਕੈਨ ਬੀ ਰਿਲੇਟਡ ਵਿਦ ਪਲੇਸ, ਟਾਈਮ ਐਂਡ ਅਦਰ ਫੀਚਰਸ। ਜਨਰਲੀ ਦ ਚੇਂਜਿਸ ਆਰ ਰਿਲੇਟਡ ਵਿਦ ਟਾਈਮ। ਇਹਦਾ ਕੀ ਭਾਵ ਹੈ, ਜੋ ਚੇਂਜਿਸ ਹੁੰਦੀਆਂ ਨੇ ਉਹ ਜਗ੍ਹਾ ਕਰਕੇ, ਟਾਈਮ ਕਰਕੇ ਜਾਂ ਕਿਸੇ ਹੋਰ ਫੀਚਰ ਕਰਕੇ, ਕਿਸੇ ਹੋਰ ਵਿਸ਼ੇਸ਼ਤਾ ਕਰਕੇ ਹੋ ਸਕਦੀਆਂ ਨੇ। ਜਾਂ ਆਪਾਂ ਦੇਖਦੇ ਹਾਂ ਜਿਵੇਂ ਕੀਮਤਾਂ ਵੱਧਦੀਆਂ ਨੇ,
ਕਿਸੇ ਸਾਲ 'ਚ ਕਿੰਨੀ ਕੀਮਤ ਹੈ, ਕਿਸੇ ਸਾਲ 'ਚ ਕਿੰਨੀ ਕੀਮਤ ਹੈ, ਵੱਧਦੀਆਂ ਜਾਂਦੀਆਂ ਨੇ। ਪਹਿਲਾਂ ਨਾਲੋਂ ਆਪਾਂ ਦੇਖਦੇ ਹਾਂ ਵੀ ਕੀਮਤਾਂ ਦੇ ਵਿੱਚ ਕਾਫੀ ਵਾਧਾ ਹੋਇਆ, ਇਹ ਸਮੇਂ ਅਨੁਸਾਰ ਤਬਦੀਲੀ ਹੋਗੀ। ਜੇ ਵੀ ਜਗ੍ਹਾ ਦੇ ਅਨੁਸਾਰ ਤਬਦੀਲੀ ਦੇਖਣੀ ਹੋਵੇ ਵੀ ਪੰਜਾਬ ਵਿੱਚ ਕੀਮਤ ਕਿੰਨੀ ਆ ਜਾਂ ਦਿੱਲੀ ਵਿੱਚ ਕਿਸੇ ਚੀਜ਼ ਦੀ ਕੀਮਤ ਕਿੰਨੀ ਆ, ਉਹ ਜਗ੍ਹਾ ਅਨੁਸਾਰ ਤਬਦੀਲੀ ਹੋਗੀ ਜਾਂ ਕੋਈ ਕਿਸੇ ਵੀ ਹੋਰ ਕਾਰਨ ਕਰਕੇ ਤਬਦੀਲੀ। ਹੋਰ ਕੋਈ ਕਾਰਨ ਕੀ ਹੋ ਸਕਦਾ? ਕੋਈ ਵੀ ਇਰੈਗੂਲਰਿਟੀਜ਼ ਆ ਜਾਂਦੀਆਂ ਨੇ, ਉਹਦੇ ਕਰਕੇ ਵੀ ਕੁਛ ਨਾ ਕੁਛ ਚੇਂਜਿਸ ਆ ਜਾਂਦੀਆਂ ਨੇ। ਤਾਂ ਅਸੀਂ ਇੰਡੈਕਸ ਨੰਬਰ ਦੇ ਵਿੱਚ ਇਹ ਚਾਰੋਂ ਚੀਜ਼ਾਂ ਅਸੀਂ ਪੜ੍ਹਦੇ ਹਾਂ। ਇਸ ਤੋਂ ਬਾਅਦ ਅਸੀਂ ਹੁਣ ਦੇਖਦੇ ਹਾਂ ਵੀ ਟਾਈਪਸ ਆਫ ਇੰਡੈਕਸ ਨੰਬਰ ਕੀ ਨੇ, ਕਿੰਨੇ ਤਰ੍ਹਾਂ ਦਾ ਇੰਡੈਕਸ ਨੰਬਰ ਅਸੀਂ ਬਣਾ ਸਕਦੇ ਹਾਂ। ਤਾਂ ਟਾਈਪਸ ਦੇ ਵਿੱਚ ਅਸੀਂ ਪੜ੍ਹਾਂਗੇ, ਫਸਟ ਇੰਡੈਕਸ ਨੰਬਰ ਆਫ ਪ੍ਰਾਈਸਿਸ। ਇਹਦੇ ਵਿੱਚ ਅਸੀਂ ਦੇਖਾਂਗੇ ਹੋਲਸੇਲ ਪ੍ਰਾਈਸ ਇੰਡੈਕਸ ਜਾਂ ਰਿਟੇਲ ਪ੍ਰਾਈਸ ਇੰਡੈਕਸ ਜਾਂ ਕੋਸਟ ਆਫ ਲਿਵਿੰਗ ਇੰਡੈਕਸ, ਇਹ ਤਿੰਨ ਤਰ੍ਹਾਂ ਦਾ ਬਣੇਗਾ। ਸੈਕਿੰਡ ਹੈ ਇੰਡੈਕਸ ਨੰਬਰ ਆਫ ਕੁਆਂਟਿਟੀਜ਼। ਇਹਦੇ ਵਿੱਚ ਕੀ ਹੋਏਗਾ, ਦੀਸ ਇੰਡੈਕਸ ਨੰਬਰ ਮੇਜਰ ਚੇਂਜ ਇਨ ਕੁਆਂਟਿਟੀ ਆਫ ਪ੍ਰੋਡਕਸ਼ਨ ਔਰ ਕੁਆਂਟਿਟੀ ਆਫ ਕੰਜਮਪਸ਼ਨ ਐਟ ਐਨੀ ਟਾਈਮ। ਤਾਂ ਇਹ ਅਸੀਂ ਦੱਸਦੇ ਹਾਂ ਵੀ ਕਿਸੇ ਵੀ ਚੀਜ਼ ਦੇ ਵਿੱਚ ਤਬਦੀਲੀ, ਉਸਦੀ ਪ੍ਰੋਡਕਸ਼ਨ ਦੇ ਵਿੱਚ ਕਿੰਨੀ ਚੇਂਜ ਹੋਈ ਹੈ ਜਾਂ ਉਹਦੀ ਖਪਤ ਦੇ ਵਿੱਚ ਕਿੰਨੀ ਕੁ ਤਬਦੀਲੀ ਹੋਈ ਹੈ। ਥਰਡ ਇੰਡੈਕਸ ਨੰਬਰ ਆਫ ਵੈਲਿਊਸ, ਦੀਜ਼ ਮਈਆਂ ਦਾ ਚੇਂਜ ਇਨ ਟੋਟਲ ਵੈਲਿਊ। ਵੈਲਿਊ ਕਿਵੇਂ ਕੱਢਦੇ ਹਾਂ ਅਸੀਂ, ਪ੍ਰਾਈਸ ਇੰਟੂ ਕੁਆਂਟਿਟੀ ਕਰਕੇ, ਡਿਊਰਿੰਗ ਐਨੀ ਪੀਰੀਅਡ ਟਾਈਮ ਪੀਰੀਅਡ, ਡਿਊਰਿੰਗ ਐਨੀ ਟਾਈਮ ਪੀਰੀਅਡ। ਤਾਂ ਇੰਡੈਕਸ ਨੰਬਰ ਜਿਹੜਾ ਹੈਗਾ ਇਹ ਦੇਖਦਾ ਹੈ ਚੇਂਜ ਇਨ ਟੋਟਲ ਵੈਲਿਊ। ਫੋਰਥ ਹੈ ਸਪੈਸ਼ਲ ਪਰਪਸ ਇੰਡੈਕਸ ਨੰਬਰ, ਇਹ ਕਿਸੇ ਵੀ ਸਪੈਸ਼ਲ ਪਰਪਸ ਲਈ ਬਣਾਏ ਜਾਂਦੇ ਨੇ, ਦੀਜ਼ ਇੰਡੈਕਸ ਨੰਬਰਸ ਆਰ ਪ੍ਰਪੇਅਰਡ ਫਾਰ ਸਪੈਸ਼ਲ ਪਰਪਸ। ਹੁਣ ਆਪਾਂ ਦੇਖਦੇ ਹਾਂ ਮੈਥਡਸ ਆਫ ਕੰਸਟਰਕਟਿੰਗ ਇੰਡੈਕਸ ਨੰਬਰ, ਇੰਡੈਕਸ ਨੰਬਰ ਨੂੰ ਬਣਾਉਣ ਦੇ ਕਿਹੜੇ ਕਿਹੜੇ ਮੈਥਡਸ ਨੇ। ਸਾਡੇ ਕੋਲ ਜਨਰਲੀ ਦੋ ਮੈਥਡਸ ਨੇ, ਇੱਕ ਅਨਵੇਟਡ, ਅਨਵੇਟਡ ਨੂੰ ਅਸੀਂ ਸਿੰਪਲ ਵੀ ਕਹਿ ਦਿੰਦੇ ਹਾਂ, ਦੂਸਰਾ ਹੈ ਵੇਟਡ ਇੰਡੈਕਸ ਨੰਬਰ। ਜਿਹੜਾ ਅਨਵੇਟਡ ਹੈ ਜਾਂ ਸਿੰਪਲ ਹੈ, ਇਹ ਅੱਗੋਂ ਦੋ ਤਰ੍ਹਾਂ ਦਾ ਹੈ, ਸਿੰਪਲ ਐਗਰੀਗੇਟਿਵ ਮੈਥਡ ਅਤੇ ਸਿੰਪਲ ਐਵਰੇਜ ਆਫ ਪ੍ਰਾਈਸ ਰਿਲੇਟਿਵ ਮੈਥਡ। ਵੇਟਡ ਇੰਡੈਕਸ ਨੰਬਰ ਹੈ, ਇਹ ਵੀ ਅੱਗੋਂ ਦੋ ਤਰ੍ਹਾਂ ਦਾ ਹੈ, ਵੇਟਡ ਐਗਰੀਗੇਟਿਵ ਅਤੇ ਵੇਟਡ ਐਵਰੇਜ ਆਫ ਪ੍ਰਾਈਸ ਰਿਲੇਟਿਵ ਮੈਥਡ। ਅਤੇ ਹੁਣ ਆਪਾਂ ਇਹਨਾਂ ਦੇ ਨਮੈਰੀਕਲਸ ਕਰਾਂਗੇ। ਪਹਿਲਾਂ ਨਮੈਰੀਕਲ ਕਰਾਂਗੇ ਆਪਾਂ ਸਿੰਪਲ ਐਗਰੀਗੇਟਿਵ ਮੈਥਡ ਦੇ, ਜੋ ਕਿ ਤੁਹਾਨੂੰ ਮੈਂ ਬਾਅਦ 'ਚ ਭੇਜਾਂਗੇ। ਪਹਿਲਾਂ ਤੁਸੀਂ ਇਸਦੀ ਥਿਊਰੀ ਚੰਗੀ ਤਰ੍ਹਾਂ ਪੜ੍ਹਨੀ ਹੈ ਔਰ ਸਮਝਣੀ ਹੈ। ਜੇ ਕਿਤੋਂ ਵੀ ਸਮਝ ਨਹੀਂ ਆਈ ਤਾਂ ਮੇਰੇ ਨਾਲ ਫੋਨ 'ਤੇ ਕੰਟੈਕਟ ਕਰਨਾ, ਮੈਸੇਜ ਕਰਨਾ, ਅਤੇ ਮੈਂ ਤੁਹਾਨੂੰ ਉਹ ਸਮਝਾਵਾਂਗੀ ਅਤੇ ਉਸ ਤੋਂ ਬਾਅਦ ਆਪਾਂ ਕੱਲ੍ਹ ਨੂੰ ਇਹਨਾਂ ਦੇ ਨਮੈਰੀਕਲਸ ਸੋਲਵ ਕਰਾਂਗੇ। ਥੈਂਕ ਯੂ ਸੋ ਮੱਚ, ਗੋਡ ਬਲੈਸ ਯੂ, ਲਿਵ ਹੈਪੀਲੀ।